ਅਸੀਂ ਆਪਣੀ ਦੁਕਾਨ ਤੋਂ ਘਰ ਜਾ ਰਹੇ ਸੀ ਸਰ, ਆਪਣੇ ਘਰ ਬੋੜਾ ਗੇਟ ਤੋਂ ਆਪਣੇ ਨਵੀਂ ਬਸਤੀ ਮੈਸ ਗੇਟ ਸਾਡਾ ਘਰ ਉੱਥੇ ਜਾ ਰਹੇ ਸੀ ਸਰ। ਸਰ ਮੈਂ ਆਪਣੇ ਘਰ ਜਾ ਰਹੀ ਸੀ ਕਿ ਮੇਰੇ ਆਪੋਜ਼ਿਟ ਇੱਕ ਮੋਟਰ ਵਾਲਾ ਸਾਈਕਲ ਵਾਲਾ ਆਇਆ, ਉਹਨੇ ਜਾਣ ਬੁੱਝ ਕੇ ਮੇਰੇ ਵਿੱਚ ਮੋਟਰਸਾਈਕਲ ਮਾਰਿਆ ਅਤੇ ਮੇਰੇ ਅਸੀਂ ਦਿਨ ਆਪਣੀ ਦੁਕਾਨ ਤੋਂ ਕਲੈਕਸ਼ਨ ਉਹ ਐਕਟੀਵਾ ਦੇ ਵਿੱਚ ਪਈ ਸੀ, ਉਹ ਮੈਨੂੰ ਗੇਰ ਕੇ ਐਕਟੀਵਾ ਲੈ ਕੇ ਫਰਾਰ ਹੋਣ ਲੱਗੇ। ਮੈਂ ਉਹਨਾਂ ਦੇ ਮਗਰ ਭੱਜਿਆ ਤਾਂ ਮੇਰੇ ਉਹਨਾਂ ਨੇ ਸੱਟ ਮਾਰ ਕੇ ਭੱਜ ਗਏ, ਉਹ ਮੇਰੇ ਮੋਟਰਸਾਈਕਲ ਦਾ ਟਾਪਾ ਜਿਹਾ ਮਾਰਿਆ ਸਰ। ਤੁਹਾਡਾ ਕੀ ਲੈ ਗਏ ਉਹ? ਸਾਡੀ ਪੇਮੈਂਟ ਲੈ ਗਏ ਸਰ, ਐਕਟੀਵਾ ਵੀ ਲੈ ਗਏ ਸਰ। ਕਿੰਨੀ ਕੁ ਪੇਮੈਂਟ ਸੀ ਸਰ? 2 ਲੱਖ ਦੇ ਕਰੀਬ ਹੋ ਗਈ ਸੀ। ਤੁਹਾਡੇ ਨਾਲ ਕੌਣ ਸੀ ਸਰ? ਮੇਰੇ ਮਾਤਾ ਜੀ ਸੀਗੇ, ਉਹ ਮਾਤਾ ਜੀ ਸਾਈਡ 'ਤੇ ਗਿਰ ਗਏ ਸਰ। ਉੱਥੇ ਕੋਈ ਹੈ ਨਹੀਂ ਸੀ ਉਸ ਟਾਈਮ ਸਰ? ਉੱਥੇ ਹਨੇਰਾ ਜਿਹਾ ਸੀ ਥੋੜ੍ਹਾ ਜਿਹਾ, ਉਸ ਤੋਂ ਅੱਗੇ ਨਾਲ ਦੀ ਨਾਲ ਇਕੱਠ ਹੋ ਗਿਆ ਸਰ। ਉਸ ਤੋਂ ਬਾਅਦ 2 ਮਿੰਟ ਬਾਅਦ ਹੀ ਇਕੱਠ ਹੋ ਗਿਆ। 3 ਜਣੇ ਸੀ ਉਹ? ਹਾਂਜੀ 3 ਜਣੇ ਸੀਗੇ ਸਰ। ਉਹ ਕਾਹਦੇ 'ਤੇ ਸੀਗੇ ਸਰ? ਮੋਟਰਸਾਈਕਲ 'ਤੇ। ਕੋਈ ਨੰਬਰ ਸੀਗਾ ਸਰ? ਨੰਬਰ ਨਹੀਂ ਸੀਗਾ ਉਹਨਾਂ ਦਾ। ਅੱਛਾ ਜੀ ਸਰ। ਜੇ ਨੰਬਰ ਹੁੰਦਾ ਸਰ ਫਿਰ ਤਾਂ ਫੜੇ ਜਾਂਦੇ ਉਹ। ਹੁਣ ਕੀ ਮੰਗ ਕਰਦੇ ਹੋ? ਹਾਂਜੀ ਹੁਣ ਕੀ ਮੰਗ ਕਰਦੇ ਹੋ? ਸਰ ਮੈਂ ਤਾਂ ਇਹ ਕਹਿੰਦਾ ਵੀ ਚਲੋ ਆਪਣੇ ਹੁਣ 2 ਦਿਨ ਭਲ ਦਿਨ ਆਪਣੇ ਸ਼ਹਿਰ 'ਚ ਆਪਣੇ ਪੰਜਾਬ 'ਚ ਕਢਣਾ ਮਾਰੇ ਵੀ ਇਹਨਾਂ ਨੂੰ ਪਵੇ। ਕੱਲ੍ਹ ਹੋਏ ਸਾਡੇ ਨਾਲ ਹੋਏ, ਕੱਲ੍ਹ ਕਿਸੇ ਹੋਰ ਨਾਲ ਵੀ ਹੋ ਸਕਦੇ, ਕਿਸੇ ਆਪਣੇ ਅੱਜ ਕੱਲ੍ਹ ਬੱਚੇ ਵੀ ਇਕੱਲੇ ਨੇ, ਜਵਾਨ ਬੱਚੇ ਵੀ ਇਕੱਲੇ ਨੇ, ਕਿ ਉਹਨਾਂ ਦੀ ਦੇਖਭਾਲ ਕੌਣ ਕਰੂ ਜੇ ਆਪਾਂ ਨੂੰ ਕੁਛ ਹੋਣ ਲੱਗ ਗਿਆ? ਤੁਹਾਡੀ ਇਹ ਪੇਮੈਂਟ ਦੁਕਾਨ ਦੀ ਸੀਗੀ ਸਰ? ਦੁਕਾਨ ਦੀ ਕਲੈਕਸ਼ਨ ਸੀਗੀ ਸਾਡੀ। ਫਿਰ ਦੁਕਾਨਾਂ? ਹਾਂਜੀ ਦੁਕਾਨ, ਹਾਂਜੀ ਸਰ ਹੋਲਸੇਲ ਦੇ। ਫਿਰ ਹੁੰਦਾ ਆਪਾਂ ਨੂੰ ਹੁੰਦਾ ਵੀ ਦਿਨ 'ਚ ਟਾਈਮ ਨਹੀਂ ਮਿਲਦਾ ਵੀ ਆਪਾਂ ਘਰੇ ਗਿਣ ਕੇ ਸਵੇਰੇ ਬੈਂਕ ਬੁੰਕ 'ਚ ਜਮ੍ਹਾਂ ਕਰਾ ਦਿੰਦੇ ਆਪਾਂ। ਤੁਸੀਂ ਹੁਲੀਆ ਦੇਖਿਆ ਕਿਸ ਤਰ੍ਹਾਂ ਦੇ ਸੀ ਸਰ? ਦੋਨਾਂ 'ਤੇ ਮੂੰਹ ਬੰਨੇ ਹੋਏ ਸੀਗੇ। ਤਿੰਨਾਂ ਦੇ? ਹਾਂਜੀ ਤਿੰਨ ਸੀਗੇ, 3 ਬੰਦੇ ਸੀਗੇ ਸਰ, ਤਿੰਨਾਂ ਦੇ ਮੂੰਹ ਕਵਰ। ਹਾਂਜੀ ਹਾਂਜੀ ਉੱਥੇ ਹਨੇਰਾ ਸੀਗਾ ਜਿੱਥੇ ਸਾਨੂੰ ਗੇਰਿਆ ਉਹਨਾਂ ਥੋੜ੍ਹਾ ਜਿਹਾ। ਅਸੀਂ ਦੁਕਾਨ ਤੋਂ ਨਾ ਜੀ ਘਰੇ ਜਾ ਰਹੇ ਸੀਗੇ ਜੀ, ਅਤੇ ਆ ਕੇ ਨਾ ਐਕਟੀਵਾ ਤੋਂ ਪਹਿਲਾਂ ਮੈਨੂੰ ਸਿੱਟਤਾ ਜੀ, ਫਿਰ ਇਹਨੂੰ ਸਿੱਟਤਾ, ਇਹ ਖੜਾ ਹੋ ਕੇ ਭੱਜਿਆ ਮਗਰ, ਅਤੇ ਇਹਦੇ ਚੱਕ ਕੇ ਟਾਪਾ ਮਾਰਿਆ ਉਹਨਾਂ ਨੇ, ਅਤੇ ਭੱਜਿਆ ਵੀ ਬਹੁਤ ਉਹਨਾਂ ਨੇ, ਲੈ ਕੇ ਫਰਾਰ ਹੋ ਗਏ ਜੀ। ਅੱਛਾ ਪੈਸੇ ਵੀ ਤੇ ਐਕਟੀਵਾ? ਉਹਦੇ ਐਕਟੀਵਾ ਦੇ ਡੱਗੀ 'ਚ ਪੈਸੇ ਵੀ ਨਹੀਂ ਜੀ। ਐਕਟੀਵਾ ਵੀ ਨਾਲ? ਉਹ ਟੈਕਟੀਵਾ ਵੀ ਨਾਲ ਲੈ ਗਏ। ਉੱਥੇ ਕੋਈ ਹੈ ਨਹੀਂ ਸੀ ਜਦੋਂ ਇਹ ਘਟਨਾ ਵਾਪਰੀ ਆ? ਉੱਥੇ ਫਿਰ ਲੋਕ ਜਦੋਂ ਨੇ ਕੁੱਕਾਂ ਮਾਰੀਆਂ ਜੀ, ਸਾਰੇ ਨਿਕਲੇ ਸੀ ਬਾਹਰ, ਮਗਰ ਕੋਈ ਭੱਜਿਆ ਨਹੀਂ। ਇਹ ਮਗਰ ਭੱਜੇ ਫਿਰ ਨਾਲ ਦੀ ਨਾਲ ਇਹਦੇ ਸੱਟ ਮਾਰੀ? ਇਹ ਜੀ ਐਕਟੀਵਾ 'ਚ ਫਰਦਾ ਸੀ ਅਤੇ ਖੋਂਦਾ ਸੀ ਉਹਨਾਂ ਤੋਂ, ਉਹ ਐਕਟੀਵਾ ਖੋਂਦੇ ਵਿਚਾਲੇ ਉਹਨਾਂ ਨੇ ਚੱਕ ਕੇ ਟਾਪਾ ਤੋੜ ਕੇ ਟਾਪਾ ਮਾਰਿਆ ਇਹਦੇ 'ਚ। ਹੁਣ ਕੀ ਮੰਗ ਕਰਦੇ ਤੁਸੀਂ? ਹੈਂ? ਕੀ ਮੰਗ ਕਰਦੇ ਤੁਸੀਂ? ਦੇਖੋ ਤੁਸੀਂ ਦੇਖੋ ਇਹ ਜਿਹੜੀ ਵੀ ਗਲਤ ਕੰਮ ਚੱਲ ਰਹੇ ਨੇ ਇਹ ਬੰਦ ਹੋਣੇ ਚਾਹੀਦੇ, ਆਪਣੇ ਵਾਸਤੇ ਨਹੀਂ ਇਕੱਲੇ ਵਾਸਤੇ, ਇਹ ਸਭ ਵਾਸਤੇ ਬੰਦ ਹੋਣੇ ਚਾਹੀਦੇ ਨੇ। ਤੁਹਾਡੇ ਵੀ ਸੱਟ ਲੱਗ ਸਕਦੀ ਸੀ? ਤੁਸੀਂ ਬਜ਼ੁਰਗ ਹੋ? ਤੁਸੀਂ ਦੇਖੋ, ਮੈਂ ਨਹੀਂ ਜੀ, ਕਿਸੇ ਦੇ ਵੀ ਲੱਗ ਸਕਦੀ ਹੈ, ਆਪਣੇ ਸ਼ਹਿਰ 'ਚ ਕਿਸੇ ਦੇ ਵੀ ਲੱਗ ਸਕਦੇ, ਦੁੱਖ ਸਭ ਦੇ ਹੀ ਜੀ। ਆਪਾਂ ਨਹੀਂ ਅਜੇ ਸਾਡੇ ਕੋਲ ਜਿਹੜੀ ਹੈਗੀ ਉਹਦੀ MLR ਆ ਗਈ, ਉਹਦੀ ਥਾਣੇ 'ਚ ਪਹੁੰਚ ਗਈ ਹੈ ਅਤੇ ਅਸੀਂ ਬਿਆਨ ਲਿਖ ਰਹੇ ਹਾਂ ਉਹਦੇ, ਅਤੇ ਬਾਕੀ ਜਿਹੜੀ ਪੜਤਾਲ ਹੈਗੀ ਡੂੰਘਾ ਇੰਨਾ ਕਰਾਂਗੇ ਜੀ। ਪਤਾ ਲੱਗਿਆ ਉਹ ਤਾਂ ਐਂ ਬੰਦਾ ਰਾਤ ਆਪਣਾ ਉੱਥੋਂ ਆ ਰਿਹਾ ਘੁਲਾੜ ਮੰਡੀ ਤੋਂ, ਕਰਿਆਨੇ ਦੀ ਦੁਕਾਨ ਕਰਦਾ, ਰਾਤ ਉਹਦੀ ਸਕੂਟਰੀ ਕੋਲ ਲੈ ਗਿਆ, ਖੋਹ ਕੇ ਸੱਟ ਮਾਰੀ ਸਿਰ ਦੇ ਵਿੱਚ, ਇੰਨਾ ਕੁ ਹੁਣ ਫਿਰ ਪਤਾ ਲੱਗਾ। 2 ਲੱਖ ਰੁਪਇਆ ਵੀ ਸੀ? ਹਾਂ ਉਹ ਕਹਿ ਰਹੇ, ਅਜੇ ਕਹਿ ਰਹੇ ਹਾਂ, ਅਜੇ ਬਰਕ ਦੇਖਦੇ ਹਾਂ ਪੜਤਾਲ ਕਰਦੇ ਹਾਂ ਅਸਲੀਅਤ ਕੀ ਹੈ। ਕੋਈ CCTV ਆਈ ਹੈ ਸਾਹਮਣੇ? ਨਹੀਂ ਅਜੇ ਆਈ ਨਹੀਂ, ਚੈੱਕ ਕਰ ਰਹੇ ਹਾਂ ਪੂਰਾ। ਕੀ ਕਾਰਵਾਈ ਕਰਦੇ ਹੁਣ? ਬਿਆਨ ਲਿਖਾਂਗੇ, ਬਿਆਨ ਲਿਖ ਕੇ ਜੋ ਬੰਦੀ ਕਾਰਵਾਈ ਹੈ ਪੂਰੀ ਕਰਾਂਗੇ, ਜਾਂਚ ਕਰਾਂਗੇ। ਐਡਮਿਟ ਹੈ ਜੀ ਬੰਦਾ? ਹਾਂ ਬੰਦਾ ਐਡਮਿਟ ਹੈ ਜੀ।